ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਡੀ ਟੀ ਵੀ ਅਤੇ ਮੈਂ ਮੇਜ਼ਬਾਨ ਜਨਾਬ ਅੱਲਾ ਦਿੱਤਾ ਜੋ ਯਾਰ ਦੋਸਤੋ, ਸਭ ਤੋਂ ਪਹਿਲੇ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਲੱਗੇ ਬੈੱਲ ਆਈਕਮ ਦਾ ਬਟਨ ਦਬਾਓ ਤਾਂ ਕਿ ਮੇਰੀ ਹਰ ਨਵੀਂ ਬਿਹਤਰੀਨ ਲਾਜਵਾਬ ਅਤੇ ਅਨਮੋਲ ਵੀਡੀਓ ਦਾ ਨੋਟੀਫਿਕੇਸ਼ਨ ਦਰ ਤੱਕ ਬਆਸਾਨੀ ਪਹੁੰਚ ਸਕੇ। ਦੋਸਤੋ, ਸਾਡੇ ਵੀਰ ਨੇ ਜਨਾਬ ਰਹੀਲ ਅਹਿਮਦ ਕੈਨੇਡਾ ਤੋਂ ਨੇ ਜਨਾਬ, ਅਤੇ ਬੇਸਿਕਲੀ ਰਿਹਾਇਸ਼ ਹੈ ਜਨਾਬ ਉਹਨਾਂ ਦੀ ਸਾਹੀਵਾਲ। ਅਤੇ ਅੱਜ ਤੋਂ ਜਨਾਬ ਦੋ ਹਫ਼ਤੇ ਪਹਿਲੇ ਉਹਨਾਂ ਨੂੰ ਜਨਾਬ ਮੈਂ ਇੱਕ ਮੱਝ ਅਤੇ ਇੱਕ ਗਾਂ ਭੇਜੀ ਸੀ, ਅਤੇ ਇਹ ਜਨਾਬ ਅੱਜ ਉਹਨਾਂ ਫਿਰ ਮੈਨੂੰ ਕਿਹਾ ਕਿ ਬਾਈ ਐਡੀ ਜਨਾਬ ਜਿਹੜੀਆਂ ਤੁਸੀਂ ਮੱਝ ਅਤੇ ਗਾਂ ਭੇਜੀ, ਮਾਸ਼ਾਅੱਲਾ ਉਹਨਾਂ ਦਾ ਬੜਾ ਅੱਛਾ ਰਿਜ਼ਲਟ ਹੈ ਜਿਵੇਂ ਤੁਸੀਂ ਦੱਸਿਆ ਸੀ, ਉਸ ਤੋਂ ਵੱਧ ਨਿਕਲੀਆਂ ਨੇ। ਅੱਜ ਤੋਂ ਤਕਰੀਬਨ ਕੋਈ 10-12 ਦਿਨ ਪਹਿਲੇ ਜਨਾਬ ਇੱਕ ਮੱਝ ਅਤੇ ਗਾਂ ਭੇਜੀ ਸੀ, ਅਤੇ ਇੱਕ ਉਹਨਾਂ ਮੈਨੂੰ ਕਿਹਾ ਕਿ ਇੱਕ ਤੁਸੀਂ ਆਪਣੀ ਮਰਜ਼ੀ ਦੀ ਸਾਨੂੰ ਚੰਗੀ ਜੋਟੀ, ਦੂਜਨ ਜੋਟੀ ਹੋਵੇ, ਚੰਗੀ ਹੋਵੇ ਜਨਾਬ, ਸੂਈ ਵੀ ਹੋਵੇ, ਤੁਸੀਂ ਆਪਣੀ ਮਰਜ਼ੀ ਦੀ ਜੋਟੀ ਸਾਨੂੰ ਲੈ ਕੇ ਦੇਵੋ ਜਨਾਬ। ਅਤੇ ਜੋਟੀ ਅਸੀਂ ਉਹਨੂੰ ਲੈ ਕੇ ਦਿੱਤੀ ਜਨਾਬ, ਬਗੈਰ ਵੀਡੀਓ ਅਤੇ ਜੂਮ ਦੇ ਵਿੱਚੋਂ ਜਨਾਬ ਜੋਟੀ ਲੈ ਕੇ ਦਿੱਤੀ ਉਹਨਾਂ ਨੂੰ ਜਨਾਬ। 3 ਲੱਖ ਰੁਪਏ ਦੀ ਜੋਟੀ ਦੀ ਪਹੁੰਚ ਅਸੀਂ ਸਾਹੀਵਾਲ ਦੇਣੀ ਹੈ ਜਨਾਬ ਵਿੱਚ। 3 ਲੱਖ ਦੇ ਵਿੱਚ ਇਹਨਾਂ ਟਰਾਂਸਪੋਰਟ ਖਰਚਾ, ਕਿਰਾਇਆ ਵਗੈਰਾ ਸਭ ਕੁਝ ਆ ਜਾਂਦਾ। 3 ਲੱਖ 'ਚ ਅਸੀਂ ਜਨਾਬ ਸਾਹੀਵਾਲ ਪਹੁੰਚਾ ਰਹੇ ਹਾਂ। ਦੂਜਾ ਸੂਆ ਜੋਟੀ ਸੂਈ ਹੈ, ਦੁੱਧ ਦੀ ਮਾਸ਼ਾਅੱਲਾ ਜੋਟੀ ਕੋਲ ਬੜੀ ਵਰਾਇਟੀ ਹੈ, ਅਤੇ ਥੱਲੇ ਜਨਾਬ ਜੋਟੀ ਦੇ ਕੱਟਾ ਤਕਰੀਬਨ 8 ਤੋਂ 10 ਦਿਨ ਦੀ ਸੂਈ ਹੋਈ ਹੈ। ਅਤੇ ਬਾਕੀ ਜਨਾਬ ਅਸੀਂ ਆਪਣੇ ਵੀਰਾਂ ਨੂੰ ਵੀ ਵਿਖਾਵਾਂਗੇ, ਅਤੇ ਨਾਲ ਜਨਾਬ ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ ਆਪਣੇ ਵੀਰਾਂ ਦੇ ਜਿਹੜੇ ਸਾਡੀ ਵੀਡੀਓ ਜਨਾਬ ਵੇਖਦੇ ਨੇ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਨੇ। ਅਤੇ ਜਨਾਬ ਤਾਵਨ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ, ਅਤੇ ਜਨਾਬ ਚੌਧਰੀ ਰਹੀਲ ਅਹਿਮਦ ਸਾਹਿਬ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਜਿਹਨਾਂ ਜਨਾਬ ਸਾਡੇ ਕੋਲ 3 ਜਾਨਵਰ ਖਰੀਦੇ ਨੇ, ਸਾਡੇ 'ਤੇ ਇਤਬਾਰ ਭੇਜਿਆ ਕੀਤਾ, ਅਤੇ ਨਾਲ ਜਨਾਬ ਉਹਨਾਂ ਪੈਸੇ ਭੇਜੇ ਨੇ ਸਾਡੇ ਵੱਲੇ। ਇਹ ਜਨਾਬ ਮੱਝ ਵੀ ਹੁਣ ਅਸੀਂ ਵਿਖਾਵਾਂਗੇ ਕਿ ਜਿਹੜੀ ਜਨਾਬ ਅਸੀਂ ਸੇਲ ਕੀਤੀ ਆਪਣੇ ਚੈਨਲ 'ਤੇ, 3 ਲੱਖ ਰੁਪਏ ਦੇ ਵਿੱਚ ਟਰਾਂਸਪੋਰਟ ਖਰਚਾ, ਅਤੇ ਸਿੰਨਾ ਮੱਝ ਖੋਲ੍ਹ ਅਤੇ ਮੈਂ ਜਨਾਬ ਵਿਖਾਈਏ, ਕਿਉਂਕਿ ਇਹ ਮੱਝ ਦੀ ਅਸੀਂ ਵੀਡੀਓ ਨਹੀਂ ਲਾਈ ਹੋਈ ਸੀ ਜਨਾਬ, ਸਿਰਫ ਉਹਨਾਂ ਨੂੰ ਅਸੀਂ ਆਪਣੇ ਵਟਸਐਪ 'ਤੇ ਵਿਖਾ ਕੇ ਜਨਾਬ ਇਹਦਾ ਸੌਦਾ ਕੀਤਾ ਹੈ, ਅਨਮੋਲ ਤੋਹਫੇ ਦਾ, ਕਿ ਸਾਨੂੰ ਉਹਨਾਂ ਫਰਮਾਇਸ਼ ਕੀਤੀ ਸੀ ਕਿ ਸਾਡੇ ਵਾਸਤੇ ਬਿਹਤਰੀਨ ਜਿਹੜੀ ਉਹਨਾਂ ਕਿਹਾ ਜਨਾਬ ਤੁਹਾਨੂੰ ਚੰਗੀ ਲੱਗੇ, ਤੁਹਾਡੇ ਦਿਲ ਨੂੰ ਉਹ ਜੋਟੀ ਲੈ ਕੇ ਦੇਣੀ ਹੈ। ਸਾਨੂੰ ਇਹ ਬੜੀ ਚੰਗੀ ਲੱਗੀ ਜਨਾਬ, ਆਪਣੇ ਵੀਰਾਂ ਦੀ ਵੀ ਰਾਇ ਲਵਾਂਗੇ ਕਿ ਵਾਕਈ ਚੰਗੀ ਹੈ ਜਾਂ ਮਾੜੀ ਹੈ ਜਾਂ ਮਹਿੰਗੀ ਹੈ, ਸਸਤੀ, ਜੋ ਵੀ ਹਿਸਾਬ ਕਿਤਾਬ ਹੈ। ਅਤੇ ਇਹ ਕੈਮਰਾਮੈਨ ਸਾਹਿਬ ਜੀ ਲਾਇਆ ਜੋਟੀ, ਅਤੇ ਕੈਮਰਾ ਜੋਟੀ ਵਿਖਾ ਸਕਦਾ, ਇਹਨੂੰ ਖੋਲ੍ਹ ਕੇ ਵਿਖਾ ਮਾੜਾ ਜਿਹਾ ਬਈ, ਇਹਨੂੰ ਖੋਲ੍ਹੋ ਬਾਈ ਜੀ। ਇਹ ਜਨਾਬ ਜੋਟੀ ਦਾ ਤੁਸੀਂ ਵਿਜ਼ਿਟ ਕਰਨਾ, ਜੋਟੀ ਜਨਾਬ ਵੇਖ ਰਹੇ ਨੇ ਅੱਡੀ ਇੱਕ ਜਨਾਬ ਜੋਟੀ ਦੀ, ਇਹ ਜਨਾਬ ਪਿੱਛੇ ਬਟਨ ਲੱਗੇ ਹੋਏ ਨੇ ਜੋਟੀ ਨੂੰ, ਥਾਣ ਅਬਾਨੇ ਦੀ ਫਿਰ ਮਾਸ਼ਾਅੱਲਾ ਜੋਟੀ ਕੋਲ ਅਬਾਨੇ ਦੀ ਬੜੀ ਕੁਆਲਿਟੀ ਹੈ ਜਨਾਬ ਵਾਲੇ। ਤਕਰੀਬਨ ਜਨਾਬ ਟਾਈਮ ਹੋਇਆ ਹੈ 12-12 ਦਾ ਜਨਾਬ ਟਾਈਮ ਹੈ, ਅਤੇ ਸ਼ਾਮ ਨੂੰ ਜੋਟੀ ਨੇ ਮੇਲੇ ਲਾਏ ਹੋਏ ਹੁੰਦੇ ਨੇ, ਬਾਕੀ ਥਾਣਾ ਬਾਨਾ ਸਾਰਾ ਕੁਝ ਤੁਸੀਂ ਵੇਖ ਲੈਣਾ। ਜਿਹੜੇ ਵੀਰ ਸਾਡੇ ਮੱਝਾਂ ਲੈਂਦੇ ਨੇ ਜਾਂ ਖਰੀਦਦੇ ਨੇ, ਇਹ ਕੱਢੀ ਹੈ ਜੋਟੀ ਦੀ, ਪੂਰੀਆਂ ਗਰੰਟੀਆਂ ਨੇ ਜੋਟੀ ਦੇ ਕੋਲ। ਅਜੇ ਦਾ ਮੂੰਹ ਮੱਥਾ ਵਿਖਾਵੀ ਬਈ, ਸਫੈਦ ਚਿੱਟੀ ਅੱਖ ਜਿਵੇਂ ਬਲਬ ਲੱਗਾ ਹੁੰਦਾ, ਸਫੈਦ ਚਿੱਟੀ, ਅਤੇ ਝੂਰ ਕੁੰਡੇ ਸਿਰ ਥੋੜ੍ਹਾ ਖੁੱਲ੍ਹਾ ਟੁਰੰਤ ਜਾਂਦੀ ਨਹੀਂ ਕਿਧਰੇ, ਤੂੰ ਤਾਂ ਹੀ ਉਹਨੂੰ ਕਾਬੂ ਕੀਤੀ ਖਾਣਾ ਵੀ, ਜਿਵੇਂ ਤਾਂ ਵੱਜਿਆ ਸੀ ਤਾਂ ਇੱਥੇ ਨਹੀਂ ਆਉਣੀ। ਮਾਸ਼ਾਅੱਲਾ ਵੇਖ ਰਹੇ ਨੇ ਕੱਦ ਸ਼ਾਨ ਜ਼ਾਤ ਨਸਲ ਜਨਾਬ ਇਹਦੇ, ਉਹਨੇ ਦਾ ਮੂੰਹ ਸਫੈਦ ਚਿੱਟੀ ਅੱਖ ਇਵੇਂ ਜਨਾਬ ਜਿਵੇਂ ਬਲਬ ਲੱਗਾ ਹੁੰਦਾ, ਅਤੇ ਝੂਰ ਕੁੰਡੇ ਸਿੰਘ ਜਿਵੇਂ ਸੁਨਿਆਰੇ ਨੇ ਛੱਲੇ ਗਾੜ ਕੇ ਲਾਏ ਨੇ। ਮਾਸ਼ਾਅੱਲਾ ਜੀ, ਲਓ ਜੀ ਇਹ ਚੋਟੀ ਜਨਾਬ ਜਿਹੜੀ ਅਸੀਂ ਸੇਲ ਕੀਤੀ ਹੈ ਥਾਣਾ ਬਾਨਾ, ਮਾਸ਼ਾਅੱਲਾ ਬਾਨੇ ਦੀ ਬੜੀ ਕੁਆਲਿਟੀ ਹੈ ਜੋਟੀ ਕੋਲ। ਲਓ ਜੀ ਉਹਨੇ ਜਨਾਬ ਕਰੋ ਲੋਡ, ਇਹ ਜਨਾਬ ਵਿਖਾਉਣ ਦਾ ਸਾਡਾ ਮਕਸਦ ਇਹ ਸੀ ਕਿ ਜੋਟੀ ਦੀ ਅਸੀਂ ਵੀਡੀਓ ਨਹੀਂ ਲਾਈ ਸੀ, ਤਾਂ ਕਰਕੇ ਅਸੀਂ ਕਿਹਾ ਵੀ ਆਪਣੇ ਵੀਰਾਂ ਨੂੰ ਵੀ ਇਹਦਾ ਜਨਾਬ ਵਿਜ਼ਿਟ। ਇਹ ਜਨਾਬ ਕੱਟਾ ਜੀ ਇਹਦਾ, ਇਹ ਕੱਟਾ ਜੀ ਇਹਨੇ ਥੱਲੇ ਕੋਈ 8-10 ਦਿਨ ਦੀ ਤਕਰੀਬਨ ਇਹ ਸੂਈ ਹੋਈ ਹੈ। ਚਲੋ ਜੀ ਲੋਡ ਕਰੋ ਇਹਨੂੰ, ਮਾਸ਼ਾਅੱਲਾ ਇਹ ਜਨਾਬ ਜੋਟੀ ਅਸੀਂ ਲੋਡ ਕਰਾ ਰਹੇ ਹਾਂ। ਚੌਧਰੀ ਰਹੀਲ ਅਹਿਮਦ ਸਾਹਿਬ ਦੇ ਡੇਰੇ 'ਤੇ ਜਨਾਬ ਜਾ ਰਹੀ ਹੈ ਸਾਹੀਵਾਲ, ਪਹਿਲੇ ਵੀ ਅਸੀਂ ਜਨਾਬ ਉੱਥੇ ਇੱਕ ਭੇਜੀ ਹੈ ਉਹਨਾਂ ਕੋਲ, ਇੱਕ ਜੋਟੀ ਭੇਜੀ ਹੈ ਅਤੇ ਇੱਕ ਜਨਾਬ ਗਾਂ ਭੇਜੀ, ਦੂਜੇ ਸੂਏ ਵਾਲੀ ਇੱਕ ਦੂਜੇ ਸੂਏ ਵਾਲੀ ਜੋਟੀ ਭੇਜੀ ਹੈ, ਇਹ ਵੀ ਜਨਾਬ ਦੂਸਰਾ ਸੂਆ ਜੋਟੀ ਗਰੰਟੀ ਨਾਲ ਸੂਈ ਹੋਈ ਹੈ। ਇਹ ਵੀ ਜਨਾਬ ਹੁਣ ਅਸੀਂ ਲੋਡ ਕਰਾ ਰਹੇ ਹਾਂ, ਅਤੇ ਇਹ ਵੀ ਜਨਾਬ ਉਹਨਾਂ ਦੇ ਡੇਰੇ 'ਚ ਜਾ ਰਹੀ ਸਾਹੀਵਾਲ, ਅਤੇ ਅਸੀਂ ਜਨਾਬ ਬੇਹੱਦ ਸ਼ੁਕਰਗੁਜ਼ਾਰ ਹਾਂ ਜਨਾਬ ਚੌਧਰੀ ਰਹੀਲ ਅਹਿਮਦ ਸਾਹਿਬ ਦੇ, ਜਿਹਨਾਂ ਨਾਲ ਸਾਡੇ ਕੋਲ 3 ਜਾਨਵਰ ਖਰੀਦੇ ਨੇ, ਅਤੇ ਨਾਲ ਜਨਾਬ ਸਾਡੀਆਂ ਦੁਆਵਾਂ ਨੇ ਜਨਾਬ ਚੌਧਰੀ ਰਹੀਲ ਅਹਿਮਦ ਸਾਹਿਬ ਵਾਸਤੇ ਕਿ ਅੱਲਾਹ ਪਾਕ ਜਨਾਬ ਉਹਨਾਂ ਦੇ ਕਾਰੋਬਾਰ 'ਚ ਰਹਿਮਤਾਂ ਬਰਕਤਾਂ ਤਾਂ ਫਰਮਾਵੇ, ਆਪਣੇ ਸੋਹਣੇ ਹਬੀਬ ਦੇ ਸਦਕੇ ਅੱਲਾਹ ਪਾਕ ਜਨਾਬ ਉਹਨਾਂ ਦਿਨ ਦੁੱਗਣੀ ਰਾਤ ਚੁੱਗਣੀ ਜਨਾਬ ਤਰੱਕੀ ਦੇਵੇ, ਅਤੇ ਉਹਨਾਂ ਦੇ ਜਨਾਬ ਇਹ ਜਿਹੜੀ ਜੋਟੀ ਹੈ ਖੈਰੀ ਸਲਾਮਤੀ ਉਹਨਾਂ ਦੇ ਘਰ ਪਹੁੰਚੇ, ਅੱਲਾਹ ਪਾਕ ਦੇ ਸਪੁਰਦ ਕਰ ਦਿੱਤੀ ਜਨਾਬ ਲੋਡ ਕਰ ਦਿੱਤੇ। ਅਤੇ ਡਾਲੇ ਦਾ ਨੰਬਰ ਹੈ ਜੀ ਚੌਧਰੀ ਰਹੀਲ ਸਾਹਿਬ, ਅਤੇ ਸਾਡਾ ਜਨਾਬ ਨੰਬਰ ਹੁੰਦਾ 0300-186-3232, 0300-186-3232। ਸਾਡੇ ਕੋਲ ਜਨਾਬ ਅਨਮੋਲ ਮੱਝਾਂ ਅਤੇ ਲਾਜਵਾਬ ਗਾਵਾਂ ਖਰੀਦਣ ਵਾਸਤੇ ਜਨਾਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜਿਹੜੇ ਨਵੇਂ ਸਾਡੀ ਵੀਡੀਓ ਵੇਖਦੇ ਪਏ ਨੇ। ਅਤੇ ਬਾਕੀ ਜਨਾਬ ਜਿਹੜਾ
ਜਿਹੜੇ ਭਰਾ ਪਹਿਲੇ ਤੋਂ ਸਾਡੇ ਨਾਲ ਅਟੈਚ ਨੇ ਉਹਨਾਂ ਤੋਂ ਫਿਰ ਪਤਾ ਹੀ ਹੋਣਾ ਕਿ ਸਾਡਾ ਕੰਮ ਜਿਵੇਂ ਦਾ ਸੁੱਚਾ ਤੇ ਖਰਾ ਜਾ ਕਿ ਅਸੀਂ ਹਰ ਜਾਨਵਰ ਜਿਹੜਾ ਵੀ ਆਪਣੇ ਚੈਨਲ ਤੇ ਜਨਾਬ ਅਸੀਂ ਵੇਚਨੇ ਬਾਅਦ ਔਕਾਤ ਟਾਈਮ ਦੀ ਕਿੱਲਤ ਦੀ ਹੋਣ ਦੀ ਵਜ੍ਹਾ ਤੋਂ ਨਾ ਪਹੁੰਚਿਆ ਜਾਵੇ ਤਾਂ ਫਿਰ ਜਨਾਬ ਲੋਡ ਹੋ ਜਾਂਦਾ, ਲੇਕਿਨ ਅਸੀਂ ਜਿੰਦੀ ਲੋਡਿੰਗ ਬਣਾਉਣੀ ਦੀ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਅਸੀਂ ਜਨਾਬ ਜ਼ਰੂਰ ਵਿੱਚ ਦੱਸਣਾ ਹੁੰਦਾ ਕਿ ਜਾਨਵਰ ਜਨਾਬ ਕਿੰਨੇ ਦਾ ਮਾਲਕਾਂ ਦਾ ਵਿੱਚ ਨੰਬਰ ਲਾਉਣਾ ਹੁੰਦਾ ਵੀਡੀਓ 'ਤੇ। ਉਸ ਤੋਂ ਬਾਅਦ ਜਨਾਬ ਜਾਨਵਰ ਜਦੋਂ ਸੇਲ ਕਰਨਾ ਹੁੰਦਾ ਫਿਰ ਅਸੀਂ ਦੱਸਣਾ ਹੁੰਦਾ ਵੀਡੀਓ 'ਚ ਕਿ ਫਲਾਂ ਜਗ੍ਹਾ 'ਤੇ ਜਨਾਬ ਜਾਨਵਰ ਚੱਲਿਆ ਤਾਂ ਇਹਨਾਂ ਮਾਲਕਾਂ ਜਨਾਬ ਰੇਟ ਕੀਤਾ ਸੀ ਅਤੇ ਡਿਸਕਾਊਂਟ ਕਰਕੇ ਇਹ ਜਨਾਬ ਇੰਨਾ ਦਾ ਜਨਾਬ ਇਹ 10,000 ਜਾਂ 15,000 ਜਾਂ ਜਿਹੜਾ ਮੁਨਾਸਬ ਹੁੰਦਾ ਡਿਸਕਾਊਂਟ ਕਰਕੇ ਜਨਾਬ ਇਹ ਜਨਾਬ ਉਹਨਾਂ ਡੇਰੇ 'ਤੇ ਅਸੀਂ ਪਹੁੰਚਾ ਰਹੇ ਹਾਂ। ਇੰਨੇ ਦਾ ਸੌਦਾ ਆ, 2 ਲੱਖ ਦਾ, 4 ਲੱਖ ਦਾ, ਲੱਖ ਸਵੇ ਦਾ, ਜਿੰਨੇ ਦਾ ਵੀ ਇਹ ਜਨਾਬ ਕੱਟਾ ਅਤੇ ਮੱਝ ਜਨਾਬ ਇਹ ਲੋਡ ਹੋ ਗਈ ਹੈ ਅਤੇ ਮਿਲਦਾ ਇੱਕ ਅੱਛੀ ਨਵੀਂ ਅਨਮੋਲ ਵੀਡੀਓ ਦੇ ਨਾਲ। ਅੱਲਾ ਨਿੱਘੀ ਜ਼ੁਬਾਨ।